ਮਾਤਾ ਸੁੰਦਰ ਕੌਰ ਜੀ ਦੀ ਦੇਣ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦੂਸਰੇ ਜਥੇਦਾਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਥੇਬੰਦੀ ਦੇ ਦੂਸਰੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸੁਲਤਾਨੋਲ ਕੌਮ, ਨਵਾਬ ਕਪੂਰ ਸਿੰਘ ਜੀ ਨੇ ਜਿਹਨਾਂ ਨੂੰ ਕਲਗੀਧਰ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਜ ਆਪਣੇ ਹੱਥਾਂ ਦੇ ਨਾਲ, ਕਿਉਂ ਕਲਗੀਆਂ ਵਾਲਿਆਂ ਨੇ ਨਵਾਬ ਕਪੂਰ ਸਿੰਘ ਜੀ ਨੂੰ ਗੁਰਜ ਦੀ ਬਖਸ਼ਿਸ਼ ਕੀਤੀ ਸੀ, ਉਹ ਗੁਰਜ ਬਖਸ਼ਿਆ ਔਰ ਪੰਥ ਦਾ ਜਥੇਦਾਰ ਥਾਪਿਆ। ਉਸ ਵਕਤ ਇੱਕ ਵਾਰੀ ਦਾ ਜ਼ਿਕਰ ਹੈ, ਮਾਤਾ ਸੁੰਦਰ ਕੌਰ ਜੀ ਦੇ ਪਾਸ ਨਵਾਬ ਵਾਹਿਗੁਰੂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ, ਉਹਨਾਂ ਦੀ ਮਾਤਾ ਬੜੀ ਛੋਟੀ ਉਮਰ ਦੇ ਵਿੱਚ ਦਿੱਲੀ ਵਿਖੇ ਲੈ ਕੇ ਗਏ। ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸਿੱਖ ਪੰਥ ਦੇ ਕਿਸੇ ਧਰਮ ਯੁੱਧ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ। ਬਹੁਤ ਛੋਟੀ ਜਿਹੀ ਉਮਰ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੀ, ਬਾਲਕ ਹੀ ਸਨ ਅਜੇ। ਤਾਂ ਇਹਨਾਂ ਦੇ ਮਾਤਾ ਜੀ ਫਿਰ ਦਿੱਲੀ ਵਿਖੇ ਆਪਣੇ ਨਾਲ ਸਰਦਾਰ ਜੱਸਾ ਸਿੰਘ ਜੀ ਨੂੰ ਅਤੇ ਆਪ ਦੋਨੋਂ ਹੀ ਮਾਤਾ ਜੀ ਦੇ ਪਾਸ ਗਏ। ਮਾਤਾ ਜੀ ਨੇ ਪੁੱਤਰਾਂ ਵਾਂਗੂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਨੂੰ ਪਾਲਿਆ ਔਰ ਉੱਥੇ ਦੁਨਿਆਵੀ ਵਿੱਦਿਆ ਪੜ੍ਹਾਈ, ਕੀਰਤਨ ਦੀ ਦਾਤ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੀ ਮਾਤਾ ਨੇ ਵੀ ਔਰ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਵੀ। ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ, ਮਾਤਾ ਜੀ ਨੇ ਸੰਗਤ ਵਿੱਚ ਬੈਠ ਕੇ ਆਪ ਕੀਰਤਨ ਸੁਣਨਾ, ਇੰਨਾ ਸੁੰਦਰ ਕੀਰਤਨ ਰਸ ਭਿੰਨਾ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਕਰਿਆ ਕਰਦੇ ਰਾਗਾਂ ਵਿੱਚ। ਸਾਧ ਸੰਗਤ ਜੀ ਤਾਨਪੁਰੇ ਦੇ ਨਾਲ ਜਾਂ ਸਤਾਰ ਨਾਲ ਜਾਂ ਕਦੇ ਕਦੇ ਉਹਨਾਂ ਨੇ ਰਬਾਬ ਨਾਲ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਕਰਨਾ, ਸੰਗਤਾਂ ਨੇ ਝੂਮਣ ਲੱਗ ਪੈਣਾ, ਇੰਨਾ ਰਾਗਾਂ ਵਿੱਚ ਰਸ ਭਿੰਨਾ ਬੜਾ ਸੁੰਦਰ ਕੀਰਤਨ ਬਾਲਕ ਉਮਰ ਦੇ ਵਿੱਚ ਕਰਿਆ ਕਰਦੇ, ਬਹੁਤ ਬਾਣੀ ਪੜ੍ਹਿਆ ਕਰਦੇ। ਮਾਤਾ ਜੀ ਨੇ ਉਹਨਾਂ ਨੂੰ ਅਰਬੀ ਫਾਰਸੀ ਵੀ ਉੱਥੇ ਵਿਦਵਾਨ ਰੱਖ ਕੇ ਪੜ੍ਹਾਇਆ। ਜਦੋਂ ਐਨ ਕੀਰਤਨ ਵਿੱਚ ਬਾਣੀ ਵਿੱਚ ਸ਼ੁਭ ਗੁਣਾਂ ਵਿੱਚ ਨਿਪੁੰਨ ਹੋ ਗਏ, ਤਿਆਰ ਹੋ ਗਏ, ਫਿਰ ਮਾਤਾ ਜੀ ਨੇ ਚਿੱਠੀ ਲਿਖੀ ਨਵਾਬ ਕਪੂਰ ਸਿੰਘ ਜੀ ਨੂੰ ਕਿ ਭੁਚੰਗੀ ਸਿੰਘ, ਅਸੀਂ ਪੰਥ ਦੀ ਸੇਵਾ ਲਈ ਤੁਹਾਡੇ ਪਾਸ ਭੇਜ ਰਹੇ ਹਾਂ, ਇਹ ਬੜਾ ਗੁਣਾਂ ਦਾ ਖਜ਼ਾਨਾ ਹੈ, ਇਸ ਭੁਚੰਗੀ ਸਿੰਘ ਨੂੰ ਪੰਥ ਦੀ ਸੇਵਾ ਵਿੱਚ ਲਾਓ। ਮਾਤਾ ਜੀ ਨੇ ਆਪ ਚਿੱਠੀ ਲਿਖ ਕੇ ਭੇਜੀ। ਨਵਾਬ ਕਪੂਰ ਸਿੰਘ ਜੀ ਨੇ ਮਾਤਾ ਜੀ ਦੀ ਚਿੱਠੀ ਨੂੰ ਮਸਤਕ ਨੂੰ ਲਾ ਕੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੂੰ ਪੰਥ ਦੀ ਸੇਵਾ ਵਿੱਚ ਲਾਇਆ। ਉਹਨਾਂ ਸਮਿਆਂ ਵਿੱਚ ਸਾਧ ਸੰਗਤ ਜੀ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਇਆ ਕਰਦੀ, ਹਜ਼ਾਰਾਂ ਦੀ ਗਿਣਤੀ ਵਿੱਚ ਦਲ ਹੋਇਆ ਕਰਦਾ। ਉਸ ਸਮੇਂ ਸਿੰਘ ਕਈ ਵਾਰੀ ਰਸਤਾ ਬਸਤਾ ਇੱਕ ਦੂਸਰੇ ਨੂੰ ਦੇਣ ਲੈਣ ਤੋਂ ਲੜ ਪਿਆ ਕਰਦੇ ਆਪਸ ਵਿੱਚ, ਕਈ ਵਾਰੀ ਸਿੰਘਾਂ ਦਾ ਟਕਰਾਅ ਹੋ ਜਾਣਾ। ਨਵਾਬ ਕਪੂਰ ਸਿੰਘ ਜੀ ਨੇ ਸਿਆਣੇ ਔਰ ਵਿਦਵਾਨ ਜਾਣ ਕੇ, ਗੁਰਮੁਖ ਜਾਣ ਕੇ, ਸੇਵਾ ਭਾਵ ਵਾਲੇ ਜਾਣ ਕੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੀ ਡਿਊਟੀ ਲਾਈ ਕਿ ਖਾਲਸੇ ਨੂੰ ਰਸਤਾ ਤੁਸੀਂ ਵੰਡਿਆ ਕਰੋ, ਇਹ ਤੁਹਾਡੀ ਡਿਊਟੀ ਹੈ, ਤਾਂ ਕਿ ਸਿੰਘਾਂ ਦਾ ਆਪਸ ਵਿੱਚ ਕਦੇ ਝਗੜਾ ਨਾ ਹੋਵੇ, ਇੱਕੋ ਜਿਹੀ ਰਸਤ ਦੇਣੀ ਹੈ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ। ਸੇਵਾ ਸਿਮਰਨ ਦੀ ਇੰਨੀ ਬਰਕਤ ਸੀ ਸਾਧ ਸੰਗਤ ਜੀ ਉਹਨਾਂ ਦੇ ਪਾਸ, ਉਹਨਾਂ ਦੇ ਹੱਥਾਂ ਵਿੱਚ ਇਹ ਰਿੱਧੀ ਹੋਇਆ ਕਰਦੀ ਹੈ। ਗੁਰਮੁਖ ਕਰਨੀ ਵਾਲਾ ਹੱਥ ਜਦੋਂ ਲੰਗਰ ਜਾਂ
ਆਪਣੇ ਹੱਥਾਂ ਤੋਂ ਕੋਈ ਪਦਾਰਥ ਵੰਡਦਾ, ਧਨ ਵੰਡਦਾ ਤਾਂ ਖਜ਼ਾਨਾ ਅਤੋਟ ਵਰਤਦਾ ਹੈ। ਅਤੁੱਟ ਇਹਨੂੰ ਰਿੱਧੀ ਕਿਹਾ ਜਾਂਦਾ ਹੈ, ਅੰਨ ਦੀ ਅਤੋਟਤਾ। ਸਰਦਾਰ ਜੱਸਾ ਸਿੰਘ ਦਿਆਲੂ ਵਾਲੀਆਂ ਨੇ ਰਸਤਾਂ ਵੰਡਣੀਆਂ, ਕਦੇ ਖਜ਼ਾਨੇ ਵਿੱਚ ਰਸਤ ਨਹੀਂ ਮੁੱਕੀ ਸੀ ਕਦੇ ਵੀ। ਉਸ ਦਿਨ ਤੋਂ ਬਾਅਦ ਗੁਰਮੁਖਾਂ ਦੀ ਇਹ ਕਰਨੀ ਹੁੰਦੀ ਹੈ, ਬਰਕਤ ਵਾਲੇ ਜਿਹੜੇ ਹੱਥ ਹੁੰਦੇ ਹੈ, ਸੇਵਾ ਸਿਮਰਨ ਕਰਕੇ ਬਰਕਤਾਂ ਆਉਂਦੀਆਂ, ਉਹਨਾਂ ਦੇ ਖਜ਼ਾਨੇ ਅਤੁੱਟ ਵਰਤਿਆ ਕਰਦੇ ਹੈ। ਤਿਚਰ ਮੂਲ ਨਾ ਥੋੜੀ ਦੋ, ਜਿਚਰ ਆਪ ਕਿਰਪਾਲ, ਸਭ ਦੁਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਸੋ ਇੰਨੀ ਬਰਕਤ ਸੀ। ਪਰ ਸਿੰਘਾਂ ਨੇ ਕਈ ਵਾਰੀ ਸਰਦਾਰ ਜੱਸਾ ਸਿੰਘ ਦੀ ਆਲੂ ਵਾਲੀਆਂ ਨੂੰ ਚੜਾ ਦੇਣਾ, ਕਢਾ ਦੇਣਾ। ਉਹ ਹਮਕੋ ਤੁਮਕੋ ਕਹਿ ਕੇ ਸਿੰਘਾਂ ਨੂੰ ਬੁਲਾਇਆ ਕਰਦੇ, ਕਿਉਂਕਿ ਦਿੱਲੀ ਵਿੱਚ ਰਹਿ ਕੇ ਉਰਦੂ ਪੜ੍ਹਿਆ, ਅਰਬੀ ਪੜ੍ਹੀ, ਫਾਰਸੀ ਪੜ੍ਹੀ, ਇਸ ਕਰਕੇ ਉਸ ਭਾਸ਼ਾ ਦੇ ਸ਼ਬਦ ਕਈ ਵਾਰੀ ਇਸਤੇਮਾਲ ਕਰਦਿਆ ਕਰਦੇ ਸਨ। ਆਲੂ ਵਾਲ ਪਿੰਡ, ਆਲੂ ਵਾਲ ਪਿੰਡ ਤਾਂ ਲਾਹੌਰ ਜ਼ਿਲ੍ਹੇ ਵਿੱਚ ਹੈ, ਤਾਂ ਉਹਨਾਂ ਦਾ ਨਾਮ ਆਲੂ ਵਾਲੀਆ ਪਿਆ। ਆਹੁਲ ਨਾਮ ਪਿੰਡ ਦਾ ਸੀ, ਆਲੂ ਨਾਮ। ਇਸ ਕਰਕੇ ਸਾਧ ਸੰਗਤ ਜੀ, ਉਹ ਸਿੰਘਾਂ ਨੇ ਹਾਸ ਰਾਸ ਦੇ ਵਿੱਚ ਨਾਮ ਹੀ ਹਮਕੋ ਤੁਮਕੋ ਰੱਖ ਲਿਆ, ਜਾਣ ਕੇ ਸਿੰਘਾਂ ਦਾ ਸੁਭਾਅ ਹੀ ਹੁੰਦਾ, ਆਪਣੀ ਮੌਤ ਦਾ ਮਾਲਕ ਹੁੰਦਾ ਸੀ ਖਾਲਸਾ। ਅੱਜ ਕੱਲ੍ਹ ਵਰਗੇ ਨਹੀਂ ਕਿ ਈਰਖਾ ਦੀ ਅੱਗ ਵਿੱਚ ਹੀ ਸੜੇ ਰਹਿਣਾ, ਜਿਵੇਂ ਦਾਣੀ ਵਿੱਚ ਦਾਣੇ ਮੱਠੀ ਵਿੱਚ ਭੁੱਜਦੇ ਆ ਇਸ ਤਰ੍ਹਾਂ ਹੀ ਭੁੱਜੇ ਰਹਿਣਾ, ਉਦੋਂ ਇਹੋ ਜਿਹਾ ਖਾਲਸਾ ਨਹੀਂ। ਉਦੋਂ ਸਿੰਘ ਬੜੇ ਐਨ ਸ਼ਾਂਤ ਸੁਭਾਅ ਵਾਲੇ ਫੁੱਲਾਂ ਵਾਂਗੂ ਖਿੜੇ ਰਹਿੰਦੇ ਸਨ, ਔਰ ਸਾਰੇ ਸਿੰਘਾਂ ਨੂੰ ਪਿਆਰ ਨਾਲ ਔਰ ਖਿੜੇ ਮੱਥੇ ਹੱਸ ਕੇ ਇੱਕ ਦੂਸਰੇ ਨਾਲ ਬਚਨ ਬਿਲਾਸ ਕਰਦੇ। ਦੇਖੋ, ਮੁਸੀਬਤਾਂ ਦੇ ਸਮੇਂ ਵਿੱਚ ਖਾਲਸੇ ਨੇ ਮੁਸੀਬਤਾਂ ਦਾ ਮੁਕਾਬਲਾ ਮੁਸਕਰਾ ਕੇ ਹੱਸ ਹੱਸ ਕੇ ਕੀਤਾ, ਕਿਉਂਕਿ ਉਹਨਾਂ ਦੇ ਹਿਰਦੇ ਬਲਵਾਨ ਸਨ। ਬਾਣੀ ਪੜ੍ਹ ਕੇ ਸਿਮਰਨ ਸੇਵਾ ਪਰ ਉਪਕਾਰ ਕਰਕੇ ਉਹਨਾਂ ਦੇ ਹਿਰਦੇ ਲੋਹੇ ਨਾਲੋਂ ਵੀ ਮਜ਼ਬੂਤ ਸਨ, ਫਲੌਦੀ ਹਿਰਦੇ ਦੇ ਮਾਲਕ ਸਨ ਉਹ ਸਿੰਘ। ਉਹ ਘਬਰਾਉਂਦੇ ਡੋਲਦੇ ਨਹੀਂ ਸਨ, ਪਰ ਸਿੰਘ ਹਾਸ ਹਾਸ ਵਿੱਚ ਉਹਨਾਂ ਨੇ ਹਮਕੋ ਤੁਮਕੋ ਸਰਦਾਰ ਜੱਸਾ ਸਿੰਘ ਦੀ ਆਲੂ ਵਾਲੀਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ਕਈ ਵਾਰੀ ਆ ਕੇ ਬਹੁਤ ਹੀ ਸਤਾ ਦੇਣਾ। ਇੱਕ ਦਿਨ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨਵਾਬ ਕਪੂਰ ਸਿੰਘ ਜੀ ਦੇ ਚਰਨਾਂ ਵਿੱਚ ਆਏ, ਕਹਿੰਦੇ ਜਥੇਦਾਰ ਸਾਹਿਬ, ਨਵਾਬ ਸਾਹਿਬ, ਇਹ ਲੰਗਰ ਵੰਡਣ ਦੀ, ਰਾਸ਼ਨ ਵੰਡਣ ਦੀ ਡਿਊਟੀ ਮੇਰੇ ਕੋਲੋਂ ਨਹੀਂ ਹੁੰਦੀ, ਤੁਸੀਂ ਕਿਸੇ ਹੋਰ ਸਿੰਘ ਨੂੰ ਦੇ ਦਿਓ, ਮੈਨੂੰ ਕੋਈ ਹੋਰ ਸੇਵਾ ਬਖਸ਼ ਦਿਓ। ਦੇਖੋ ਨਿਰਮਾਣਤਾ ਕਿ ਦਲ ਪੰਥ ਦੇ ਵਿੱਚ, ਜਥੇਬੰਦੀ ਵਿੱਚ, ਪੰਥ ਵਿੱਚ ਰਹਿਣਾ ਜਾਣਾ ਵੀ ਨਹੀਂ, ਪਰ ਮੈਂ ਰਹਿਣਾ ਤੁਹਾਡੇ ਚਰਨਾਂ ਵਿੱਚ ਹੀ ਹੈ, ਪਰ ਇਹ ਸੇਵਾ ਕਿਸੇ ਹੋਰ ਨੂੰ ਦੇ ਦਿਓ। ਨਵਾਬ ਸਾਹਿਬ ਚਿਹਰੇ ਵੱਲ ਦੇਖ ਕੇ, ਜਥੇਦਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ਜੱਸਾ ਸਿੰਘ ਕੀ ਗੱਲ ਹੋਈ? ਬਜ਼ੁਰਗ ਸਨ, ਬਜ਼ੁਰਗਾਂ ਦਾ ਬਜ਼ੁਰਗੀ ਦੇ ਵਿੱਚ ਇੰਨਾ ਨਿੱਘ, ਇੰਨਾ ਪਿਆਰ ਹੁੰਦਾ ਨਾ। ਪੰਥ ਦੇ ਜਥੇਦਾਰ ਮਾਂ ਬਾਪ ਨਾਲੋਂ ਵੀ ਵੱਧ ਸਿੰਘਾਂ ਨੂੰ ਪਿਆਰ ਦਿੰਦੇ ਸਨ। ਗਲਵੱਕੜੀ ਵਿੱਚ ਲੈ ਕੇ ਕਹਿਣ ਲੱਗੇ, ਕੀ ਗੱਲ ਹੋਈ? ਕਹਿਣ ਲੱਗੇ, ਸਿੰਘ ਮੈਨੂੰ ਹਮਕੋ ਤੁਮਕੋ ਸਿੰਘਾਂ ਨੇ ਮੇਰਾ ਨਾਮ ਪਾਤਾ, ਔਰ ਮੈਨੂੰ ਬਹੁਤ ਸਤਾਉਂਦੇ ਅਤੇ ਖਿਡਾਉਂਦੇ ਰਹਿੰਦੇ ਆ। ਮਹਾਰਾਜ, ਮੈਂ ਰਸਤ ਵੰਡਣ ਨੂੰ ਤਿਆਰ ਹੈ, ਪਰ ਇੰਨਾ ਜ਼ਿਆਦਾ ਮੈਨੂੰ ਤੰਗ ਕਰ ਦਿੰਦੇ ਆ, ਕਈ ਵਾਰੀ ਮੇਰਾ ਮਨ ਬੜਾ ਦੁਖੀ ਹੋ ਜਾਂਦਾ। ਨਵਾਬ ਸਾਹਿਬ ਜੱਫੀ ਵਿੱਚ ਲੈ ਕੇ ਕਹਿਣ ਲੱਗੇ, ਇਹ ਖਾਲਸਾ, ਇਹ ਪੰਥ ਕਲਗੀਆਂ ਵਾਲੇ ਦਾ,
ਇਹਨਾਂ ਦੀ ਜਿਹੜੀ ਖੁਸ਼ੀ ਹੈ ਨਾ, ਇਹ ਜਿਹੜਾ ਤੇਰੇ ਨਾਲ ਪ੍ਰਸੰਨ ਹੋ ਕੇ ਵਿਵਹਾਰ ਕਰਦੇ ਹੈ, ਇਹ ਤੈਨੂੰ ਗੁੱਸੇ ਨਾਲ ਨਹੀਂ ਕੋਈ ਸ਼ਬਦ ਬੋਲਦੇ, ਤੇਰਾ ਕੋਈ ਅਪਮਾਨ ਨਹੀਂ ਕਰਦੇ, ਇਹ ਤਾਂ ਤੇਰੇ ਨਾਲ ਪਿਆਰ ਕਰਦੇ ਆ, ਲਾਡ ਕਰਦੇ, ਜਿਵੇਂ ਬੱਚੇ ਨਾਲ ਵੱਡੇ ਲਾਡ ਕਰਦੇ ਆ, ਸਨੇਹ ਕਰਦੇ ਆ, ਇਹ ਤੈਨੂੰ ਪਿਆਰ ਦਿੰਦੇ ਆ। ਇਹ ਖਾਲਸਾ ਇੰਨਾ ਗਰੀਬ ਨਿਵਾਜ ਹੈ, ਇਹਨਾਂ 'ਚ ਕਲਗੀਆਂ ਵਾਲਾ ਵੱਸਦਾ, ਮੇਰੇ ਵਰਗੇ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਇਹ ਆਪਣੀ ਕੌਮ ਦਾ ਆਗੂ ਬਣਾ ਕੇ ਨਵਾਬ ਬਣਾ ਸਕਦੇ ਆ ਨਾ, ਜੇ ਤੂੰ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਦਾ ਹੋਇਆ ਇਹਨਾਂ ਦੀਆਂ ਜੱਸਾ ਸਾ ਖੁਸ਼ੀਆਂ ਲਵੇਂਗਾ ਨਾ, ਤੈਨੂੰ ਇਹ ਸੁਲਤਾਨੁਲ ਕੌਮ ਵੀ ਬਣਾ ਸਕਦੇ, ਆਪਣੀ ਕੌਮ ਦਾ ਬਾਦਸ਼ਾਹ ਬਣਾ ਸਕਦੇ ਆ। ਇਹ ਐਡਾ ਗਰੀਬ ਨਿਵਾਜ ਪੰਥ ਹੈ ਕਲਗੀਆਂ ਵਾਲੇ ਦਾ, ਗੁੱਸਾ ਨਹੀਂ ਕਰਨਾ, ਇਹਨਾਂ ਦੀਆਂ ਖੁਸ਼ੀਆਂ ਲੈਣੀਆਂ, ਇਹਨਾਂ ਦੇ ਚਰਨਾਂ ਵਿੱਚ ਰਹਿ ਕੇ ਨਿਮਰਤਾ ਨਾਲ ਸੇਵਾ ਕਰਨੀ। ਖਾਲਸਾ ਜੀ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਵੀ ਰਾਜ, ਉਹਨਾਂ ਨੇ ਵੀ ਕੀਤਾ ਪੰਥ ਦੇ ਅੰਦਰ, ਬੜੀ ਵੱਡੀ ਉਹਨਾਂ ਦੀ ਘਾਲਣਾ ਕੁਰਬਾਨੀ ਹੈ, ਪਰ ਸੁਲਤਾਨੁਲ ਕੌਮ ਦਾ ਰੁਤਬਾ, ਪੂਰੀ ਕੌਮ ਦਾ ਬਾਦਸ਼ਾਹ, ਸੁਲਤਾਨ ਦਾ ਅਰਥ ਹੁੰਦਾ ਬਾਦਸ਼ਾਹ, ਕੌਮ ਸਮੁੱਚੀ ਦਾ ਬਾਦਸ਼ਾਹ, ਇੱਕੋ ਇੱਕ ਪੰਥ ਦੇ ਵਿੱਚ ਮਹਾਨ ਸ਼ਖਸੀਅਤ ਅਮਰ ਸ਼ਹੀਦ ਸਿੰਘ ਸਾਹਿਬ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਨੂੰ ਇਹ ਰੁਤਬਾ ਮਿਲਿਆ, ਸਮੁੱਚੀ ਕੌਮ ਦਾ ਬਾਦਸ਼ਾਹ ਹੋਣ ਦਾ ਮਾਣ। ਇਹ ਉਹ ਮਹਾਨ ਜਰਨੈਲ ਜਿਹੜਾ ਮਾਤਾ ਸੁੰਦਰ ਕੌਰ ਜੀ ਦੇ ਹੱਥਾਂ ਵਿੱਚ ਪਲਿਆ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੀ ਗੁੜਤੀ, ਉਹਨਾਂ ਦੀਆਂ ਲੋਰੀਆਂ, ਉਹਨਾਂ ਦੀਆਂ ਅਸੀਸਾਂ, ਉਹਨਾਂ ਦੇ ਵਰਦਾਨ, ਉਹਨਾਂ ਦਾ ਮਿਹਰਾਂ ਭਰਿਆ ਬਖਸ਼ਿਸ਼ਾਂ ਦਾ ਹੱਥ ਇਸ ਕੌਮ ਦੇ ਜਰਨੈਲ ਦੇ ਸਿਰ ਉੱਤੇ ਰਿਹਾ। ਇਹ ਧੰਨ ਮਾਤਾ ਸੁੰਦਰ ਕੌਰ ਜੀ ਦੀ ਕਿਰਪਾ।